ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਦੀ ਸਾਈਕਲ ਇੰਡਸਟਰੀ ਲਈ ਵੱਡੀ ਖੁਸ਼ਖਬਰੀ ਕੋਵਿਡ ਤੋਂ ਬਾਅਦ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸਾਈਕਲ ਇੰਡਸਟਰੀ ਨੂੰ ਵੱਖ-ਵੱਖ ਸੂਬਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਆਏ ਸਰਕਾਰੀ ਟੈਂਡਰਾਂ ਨੇ ਨਵੀਂ ਜ਼ਿੰਦਗੀ ਦਿੱਤੀ ਹੈ ਫਿਲਹਾਲ ਜਿਨ੍ਹਾਂ ਸੂਬਿਆਂ ਤੋਂ ਟੈਂਡਰ ਆਏ ਹਨ ਤੇ ਉਹਨਾਂ ਦੇ ਵਿੱਚ ਤਾਮਿਲਨਾਡੂ ਅਤੇ ਅਸਾਮ ਸ਼ਾਮਲ ਹਨ ਇਹਨਾਂ ਵਿੱਚੋਂ 10 ਲੱਖ ਸਾਈਕਲਾਂ ਦੇ ਆਰਡਰ ਤਾਮਿਲਨਾਡੂ ਤੋਂ 3,70,000 ਸਾਈਕਲਾਂ ਦੇ ਆਰਡਰ ਅਸਾਮ ਤੋਂ ਆਏ ਹਨ ਇਨ੍ਹਾਂ ਵਿੱਚੋਂ 5 ਲੱਖ ਸਾਈਕਲਾਂ ਦਾ ਪਹਿਲਾ ਬੈਚ ਇਹਵਾਨਾ ਸਾਈਕਲ ਲਿਮਟਿਡ ਦੇ ਵੱਲੋਂ ਤਿਆਰ ਕਰਕੇ ਤਾਮਿਲਨਾਡੂ ਸਰਕਾਰ ਨੂੰ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਜਲਦੀ ਬੈਸਟਾ ਬੰਗਾਲ ਤੋਂ 15 ਲੱਖ, ਰਾਜਸਥਾਨ ਤੋਂ 7 ਲੱਖ ਅਤੇ ਗੁਜਰਾਤ ਤੋਂ 2 ਲੱਖ ਸਾਈਕਲਾਂ ਦੇ ਟੈਂਡਰ ਨਿਕਲਣ ਵਾਲੇ ਹਨ ਤੇ ਇਹ ਸਾਰੇ ਆਰਡਰ ਲੁਧਿਆਣਾ ਦੇ ਸਾਈਕਲਾਂ ਤੇ ਸਾਈਕਲ ਪਾਰਟਸ ਬਣਾਉਣ ਵਾਲੀ ਇੰਡਸਟਰੀ ਦੇ ਹਿੱਸੇ ਹੀ ਆਉਣਗੇ। ਅਗਲੀ ਖਬਰ ਆ ਪੰਜਾਬ ਦੇ ਵਿੱਚ ਰੇਲ ਆ ਰੋਕੋ ਅੰਦੋਲਨ ਕਾਰਨ ਰੇਲ ਸੇਵਾ ਹੋ ਸਕਦੇ ਆ ਪ੍ਰਭਾਵਿਤ ਦਿੱਲੀ ਆਉਣ ਜਾਣ ਵਾਲਿਆਂ ਨੂੰ ਹੋ ਸਕਦੀ ਆ ਪਰੇਸ਼ਾਨੀ ਤਾਂ ਉਸ ਤੋਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਹੋਰ ਸੂਬਿਆਂ ਦੇ ਕਿਸਾਨ 28 ਤੋਂ ਲੈ ਕੇ 30 ਸਤੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੇਲ ਆ ਰੋਕੋ ਅੰਦੋਲਨ ਕਰਨਗੇ ਕਿਸਾਨਾਂ ਦੇ ਇਸ ਅੰਦੋਲਨ ਦੇ ਕਾਰਨ ਦਿੱਲੀ ਤੋਂ ਪੰਜਾਬ ਜਾਣ ਵਾਲੀਆਂ ਰੇਲ ਗੱਡੀਆਂ ਪ੍ਰਭਾਵਿਤ ਹੋਣਗੀਆਂ ਜਾਹਰ ਦੇ ਬੱਚਾ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਰੇਲਵੇ ਦੇ ਵੱਖ-ਵੱਖ ਵਿਭਾਗ ਮਿਲ ਕੇ ਤਿਆਰੀਆਂ ਕਰ ਰਹੇ ਹਨ ਯਾਤਰੀਆਂ ਦੀ ਸੁਰੱਖਿਆ ਤੋਂ ਲੈ ਕੇ ਟ੍ਰੇਨਾਂ ਦੇ ਸੰਚਾਲਨ ਤੱਕ ਪੂਰੀਆਂ ਜੋਇਨਾਮਾ ਤਿਆਰ ਕੀਤੀਆਂ ਜਾ ਰਹੀਆਂ ਤੇ ਸੁਰੱਖਿਆ ਨੂੰ ਲੈ ਕੇ ਆਰਪੀਐਫ ਅਤੇ ਖੂਪਿਆ ਏਜੰਸੀਆਂ ਵੀ ਚੌਕਸ ਹਨ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਕਿਸਾਨਾਂ ਵੱਲੋਂ 28, 29 ਅਤੇ 30 ਸਤੰਬਰ ਨੂੰ ਕੇਂਦਰ ਸਰਕਾਰ ਦੇ ਖਿਲਾਫ ਅਰੇਲਾ ਰੋਕੋ ਅੰਦੋਲਨ ਦਾ ਪ੍ਰੋਗਰਾਮ ਉਲਿੱਕਿਆ ਗਿਆ ਤੇ ਇਸ ਸੰਬੰਧੀ 23 ਸਤੰਬਰ 2023 ਦੀ ਰਾਤ ਨੂੰ ਪੰਜਾਬ ਦੇ ਬੈਚਾਂ ਮੀਟਿੰਗ ਕੀਤੀ ਗਈ ਜਿਸ ਵਿੱਚ ਉੱਤਰ ਭਾਰਤ ਦੇ 16 ਕਿਸਾਨ ਜੱਜਤਵੰਗੀਆਂ ਨੇ ਸਮੂਲੀਅਤਕ ਕੀਤੇ ਅਤੇ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ 3 ਦਿਨਾਂ ਦੇ ਵਿੱਚ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਪੂਰੇ ਦੇਸ਼ ਭਰ ਦੇ ਬੈਚਾਂ ਰੋਸ ਪ੍ਰਦਰਸ਼ਨ ਕਰਨਗੇ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਓਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਟੋ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪਾਇਪਾ ਆਗੂ ਦੇ ਘਰ ਦੀ ਕੰਦ ਤੇ ਲਿਕੇ ਮਿਲੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਜੀ ਆਹ ਦੋਸਤੋ ਬਟਾਲਾ ਦੇ ਵਿੱਚ ਪੁਲਿਸ ਅਸਮੇਂ ਹੈਰਾਨ ਰਹਿ ਗਈ ਜਦੋਂ ਪਾਇਪਾ ਦੇ ਜ਼ਿਲ੍ਹਾ ਪ੍ਰਧਾਨ ਹਰ ਸਿਮਰਨ ਸਿੰਘਾ ਹੀਰਾਬਾਲੀਆ ਦੇ ਕਰਦੇ ਕੰਦ ਤੇ ਖਾਲਸਤਾਨ ਜਿੰਦਾਬਾਦ ਤੇ ਤੇਰੀ ਮੌਤ ਦੇ ਨਾਰੇ ਲੈ ਕੇ ਜਾਨ ਨੂੰ ਮਾਰਨ ਦੇ ਧਮਕੇ ਦਿੱਤੇ ਗਏ ਜਦੋਂ ਅਰਬਨ ਸਟੇਟਾ ਕਲੋਨੀ ਦੇ ਵਸਨੀਕਾ ਰੋਜ਼ਾਨਾ ਦੇ ਤਰ੍ਹਾਂ ਸਵੇਰ ਦੇ ਸਹਿਰ ਦੇ ਲਈ ਨਿਕਲੇ ਤਾਂ ਉਹਨਾਂ ਨੇ ਭਾਈ ਭਾ ਜਿਲ੍ਹਾ ਬਟਾਲਾ ਦੇ ਪ੍ਰਧਾਨ ਹੀਰਾ ਬਾਲੀਆ ਦੇ ਕੰਦ ਕਰਦੀ ਕੰਦ ਤੇ ਲਿਖ ਕੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਦੇਖੇ ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਰਾਗੀਰਾ ਨੇ ਪ੍ਰਸ਼ਾਸਨ ਤੋਂ ਲੋਕਾਂ ਦੀ ਸੁਰੱਖਿਆ ਲਈ ਠੋਸ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਐਸ ਦਰਾਨ ਐਸ ਸੰਬੰਧੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਪੁਲਿਸ ਨੇ ਸਭ ਤੋਂ ਪਹਿਲਾਂ ਪੇਂਟ ਲਗਾ ਕੇ ਉਹਨਾਂ ਤੇ ਲਿਖੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਨੂੰ ਹਟਾ ਦਿੱਤਾ ਤੇ ਸਥਿਤੀ ਦਾ ਜਾਇਜ਼ਾ ਲਿਆ ਨਵਜੋਤ ਸੰਘ ਸਿੱਧੂ ਨੇ ਭਗਵਾਨਤਮਾਨ ਸਰਕਾਰ ਤੇ ਸਾਦੇ ਨਿਸ਼ਾਨੇ ਇਹਨਾਂ ਦੋਸਤੋ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਸਵੇਰੇ ਆਪ ਸਰਕਾਰ ਤੇ ਜਮ ਕੇ ਬਰੇ ਉਹਨਾਂ ਮਾਨਜੋਗਾ ਪੰਜਾਬ ਸਰਕਾਰ ਤੇ ਸਿਆਸੀ ਹਮਲਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਮਾਲ ਤੇ ਆਪ ਦੀ ਰੋਜ਼ਾ ਦਿਵਾਲੀ ਹੈ ਇਸ ਤੋਂ ਇਲਾਵਾ ਸਿੱਧੂ ਅੱਜ ਸ਼ਰੀ ਹਾਬਾਵਾਜੀ ਵਿਭਾਗ ਸੈਕਟਰ 17 ਚੰਡੀਗੜ੍ਹ ਵਿਖੇ ਪਹੁੰਚੇ ਤੇ ਪੰਜਾਬ ਸਰਕਾਰ ਦੇ ਹਲੀਕਾਪਟਰਾਂ ਤੇ ਫਿਕਸਡ ਬੈਂਗ 에ਅਰਕ੍ਰਾਫਟਾਂ ਤੇ ਕੀਤੇ ਖਰਚੇ ਬਾਰੇ ਵੀ ਜਾਣਕਾਰੀ ਮੰਗੀ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਦੇਖਣ ਵਿੱਚ ਆਇਆ ਕਿ ਪੰਜਾਬ ਸਰਕਾਰ ਨੇ ਕਈ ਵਾਰ ਸੂਬੇ ਦੇ ਸਰਕਾਰੀ ਹੈਲੀਕਾਪਟਰ ਦੇ ਵਰਤੋਂ ਕੀਤੀ ਹੈ ਪਾਰਟੀ ਦੇ ਨਾਲ ਸਬੰਧਤ ਮੁਹਿਮਾ ਅਤੇ ਬਕਵਾਕਾ ਦੌਰਾਨ ਦੇ ਲਈ ਫਿਕਸਡ ਬੈਂਗਾ 에ਅਰਕ੍ਰਾਫਟ ਵੀ ਕਿਰਾਏ ਤੇ ਲਏ ਗਏ ਹਨ ਸਿੱਧੂ ਨੇ ਪੰਜਾਬ ਸ਼ਹਿਰੀ ਹਵਾਬਾਜ਼ੀ ਵਿਭਾਗ ਚੰਡੀਗੜ੍ਹ ਤੋਂ ਬਕਵਾਕਾ ਖਾਤਿਆਂ ਬਾਰੇ ਜਾਣਕਾਰੀ ਮੰਗੀ ਹੈ ਨਵਜੋਤ ਸਿੰਘ ਸਿੱਧੂ ਨੇ ਕਹਿ ਕੇ ਫਿਕਸਡ ਬੈਂਗ 에ਅਰਕ੍ਰਾਫਟ ਹਾਇਰ ਕਰਨ ਦਾ ਵਿੱਤੀ ਬੋਝ ਸਰਕਾਰ ਨੂੰ ਚੱਲਣਾ ਪੈਂਦਾ ਹੈ ਸਿੱਧੂ ਨੇ ਜਾਣਕਾਰੀ ਮੰਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ ਡੇਢ ਸਾਲ ਦੇ ਵਿੱਚ ਕਿੰਨੀ ਵਾਰ ਪ੍ਰਾਈਵੇਟ ਜਟਾ ਕਿਰਾਏ ਤੇ ਲਿਆ ਗਿਆ ਇਹ ਜਹਾਜ਼ ਕਿੱਥੇ ਅਤੇ ਕਿਸ ਮਕਸਦ ਲਈ ਲਿਆ ਗਿਆ ਉਹਨਾਂ ਨੇ ਹਵਾਈ ਜਹਾਜ਼ ਸਮੇਤ ਸਾਰੀਆਂ ਉਡਾਨਾਂ ਅਤੇ ਕਿਰਾਏ ਤੇ ਕੋਲਾ ਬੈਲੈਂਸ ਸਮੇਤ ਕਿਰਾਏ ਅਤੇ ਹਵਾਈ ਅੱਡੇ ਦੀ ਜਾਣਕਾਰੀ ਵੀ ਮੰਗੀ ਅਗਲੀ ਖਬਰ ਪਾਕਿਸਤਾਨ ਨੂੰ ਵੱਡੀ ਰਾਹਤ ਦਾ ਵਿਸ਼ਵ ਕੱਪ ਦੇ ਲਈ ਭਾਰਤੀ ਵੀਜ਼ਾ ਹੋਇਆ ਜਾਰੀ ਤਾਂ ਦੋਸਤੋ ਪਾਕਿਸਤਾਨ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ 1 ਡੇ ਵਿਸ਼ਵ ਕੱਪ ਦੇ ਲਈ ਭਾਰਤੀ ਵੀਜ਼ਾ ਜਾਰੀ ਕਰ ਦਿੱਤਾ ਗਿਆ ਹੈ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਆਈਸੀਸੀ ਨੇ ਸੋਭਾ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਰਾਟਰੀ ਟੀਮ ਦੀ ਹਦਰਾਬਾਦ ਯਾਤਰਾ ਦੇ ਵਿੱਚ ਦੇਰੀ ਨੂੰ ਲੈ ਕੇ ਵਿਸ਼ਵ ਅਭਿਆਪੀ ਸੰਸਥਾ ਦੇ ਨਾਲ ਗੰਭੀਰ ਜੰਤਾ ਮਾ ਉਠਾਈ ਜਾਣ ਦੇ ਕੁਝ ਘੰਟੇ ਬਾਅਦ ICC ਨੇ ਵੀਜ਼ਾ ਜਾਰੀ ਹੁੰਦੇ ਪੁਸ਼ਟੀ ਕੀਤੀ ਪਾਕਿਸਤਾਨ ਦੀ ਟੀਮ 27 ਸਤੰਬਰ ਨੂੰ ਤੜਕੇ ਭਾਰਤ ਲਈ ਰਵਾਨਾ ਹੋਵੇਗੀ ਟੀਮ ਨੂੰ ਤਹਿ ਯਾਤਰਾ ਤੋਂ 48 ਘੰਟੇ ਪਹਿਲਾਂ ਵੀਜ਼ਾ ਦੀ ਮਨਜ਼ੂਰੀ ਮਿਲ ਗਈ ਪਾਕਿਸਤਾਨ ਦਾ ਪਹਿਲਾ ਅਭਿਆਸ ਮੈਚ 29 ਸਤੰਬਰ ਨੂੰ ਹైదరాబాద్ ਦੇ ਵਿੱਚ ਨਿਊਜ਼ੀਲੈਂਡ ਦੇ ਖਿਲਾਫ ਖੇਡੇਗਾ ਅਗਲੀ ਖਬਰ NIA ਦੀ ਦਰਜਨਾ ਪਿੰਡਾਂ ਦੇ ਵਿੱਚ ਰੇਡ ਹੈ ਮੋਬਾਈਲ ਫੋਨ ਅਤੇ ਦਸਤਾਵੇਜ਼ਾਂ ਕਬਜ਼ੇ ਵਿੱਚ ਲਏ। ਤਾਂ ਦੋਸਤੋ NIA ਦੇ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਦੇ ਵਿੱਚ ਰੇਡ ਕੀਤੀ ਗਈ ਸੂਤਰਾਂ ਦੇ ਅਨੁਸਾਰ। NIA ਦੇ ਵੱਲੋਂ ਨਸ਼ੇ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਵਿਅਕਤੀਆਂ ਅਤੇ ਕਬੱਡੀ ਖਿਡਾਰੀਆਂ ਦੇ ਨៃਦਿਕਾਂ ਤੇ ਗੈਂਗਸਟਰਾਂ ਦੇ ਨਾਲ ਸੰਬੰਧ ਵਿਅਕਤੀਆਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ। ਸਵੇਰ ਤੋਂ ਸ਼ੁਰੂ ਹੋਈ ਇਹ ਰੇਡ 5 ਘੰਟੇ ਤੱਕ ਚੱਲੀ ਆ ਜੱਸ ਸਵੇਰ ਤੋਂ ਹੀ ਮਾਨਸਾ ਜ਼ਿਲ੍ਹੇ ਦੇ ਦਰਜਨਾ ਪਿੰਡਾਂ ਦੇ ਵਿੱਚ NIA ਵੱਲੋਂ ਰੇਡ ਕੀਤੀ ਗਈ। ਇਸ ਦੌਰਾਨ NIA ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਹਿਣੀਬਾਲ, ਕਰਾਗਣਾ, ਖਿਆਲਕਲਾ, ਮਾਨਸਾ, ਅਤਲਾ ਖੁਰਦਾ, ਪੁਪਾਲ ਖੁਰਦ ਵਿੱਚ 5 ਘੰਟੇ ਤੱਕ ਪੜਤਾਲ ਕੀਤੀ। ਇਸ ਦੌਰਾਨ NIA ਦੁਆਰਾ ਸਾਧੂ ਸਿੰਘਾਬਾਸੀ ਮਾਨਸਾ, ਜਸਪ੍ਰੀਤ ਸਿੰਘਾਬਾਸੀ ਪੁਪਾਲ ਖੁਰਦਾ, ਜਗਦੀਸ਼ ਸਿੰਘਾਬਾਸੀ ਬਹਿਣੀਬਾਲ, ਸ਼ਿਮਲਾ ਸਿੰਘਾਬਾਸੀ ਕਰਾਗਣਾ, ਮਨਪ੍ਰੀਤ ਸਿੰਘਾ ਖਿਆਲਾ ਕਲਾਂ ਬਲਰਾਜ ਸੰਘਾ ਮਾਨਸਾ ਤੋਂ ਇਲਾਵਾ ਹੋਰਾਂ ਕਈ ਪਿੰਡਾਂ ਦੇ ਲੋਕਾਂ ਤੋਂ ਪੁੱਛਗਿਆ ਚੱਕੀਤੀ ਗਿਆ ਇਸ ਦੌਰਾਨ NIA ਦੇ ਟੀਮ ਦੇ ਨਾਲ ਪੰਜਾਬ ਪੁਲਿਸ ਵੀ ਮੌਜੂਦ ਸੀ 5 ਘੰਟੇ ਦੀ ਪੁੱਛਗਿਆ ਚ ਤੋਂ ਬਾਅਦ NIA ਦੇ ਦੁਆਰਾ ਕਈ ਲੋਕਾਂ ਦੇ ਦਸਤਾਵੇਜ਼ ਅਤੇ ਉਹਨਾਂ ਦੇ ਮੋਬਾਈਲ ਫੋਨਾਂ ਵੀ ਕਬਜ਼ੇ ਵਿੱਚ ਲੈ ਲਈ ਗਏ ਇਸ ਦੌਰਾਨ ਜਰਨਲ ਕੋਰ ਨੇ ਦੱਸਿਆ ਕਿ ਉਹਨਾਂ ਦੇ ਘਰ ਸਵੇਰੇ 5 ਵਜੇ ਤੋਂ ਹੀ ਪੰਜਾਬ ਪੁਲਿਸ ਵੱਲੋਂ ਰੈਡ ਕੀਤੀ ਗਿਆ ਤੇ ਉਹਨਾਂ ਦੇ ਕਾਰਾ ਪੁਲਸ ਨੇ ਤਲਾਸ਼ੀ ਵੀ ਜਾਰੀ ਰੱਖੀ ਅਗਲੀ ਖਬਰ ਸੀਨੀਅਰ ਸਿਟੀਜ਼ਨ ਦੇ ਸਿਹਤਾ ਬੀਮਾ ਤੇ GST ਨੂੰ ਲੈ ਕੇ ਕੇਂਦਰ ਸਰਕਾਰ ਕਰ ਸਕਦੇ ਐਹਮਾ ਫੈਸਲਾ ਤਾਂ ਦੋਸਤੋ ਗੂਡਜ਼ ਐਂਡ ਸਰਵਿਸਾਂ ਟੈਕਸ GST ਕੌਂਸਲ ਦੀ ਐਹਮਾ ਬੈਠਕ 7 ਅਕਤੂਬਰ ਨੂੰ ਹੋਣ ਜਾ ਰਹੀ ਹੈ ਤੇ ਇਸ ਬੈਠਕ ਦੇ ਵਿੱਚ ਕੇਂਦਰ ਸਰਕਾਰ ਸੀਨੀਅਰ ਸਿਟੀਜ਼ਨਸ ਦੇ ਸਿਹਤਾ ਬੀਮਾ ਨੂੰ ਲੈ ਕੇ ਐਹਮਾ ਫੈਸਲਾ ਲੈ ਸਕਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਥਾਈ ਕਮੇਟੀ ਨੇ ਸਿਹਤ ਬੀਮਾ ਤੇ ਜੀਐਸਟੀ ਘਟਾਉਣ ਦੀ ਸਲਾਹ ਦਿੱਤੀ ਹੈ। ਇਸ ਬੈਠਕ ਦੇ ਵਿੱਚ ਸਰਕਾਰ ਬਜ਼ੁਰਗਾਂ ਦੀਆਂ ਸਿਹਤ ਬੀਮਾ ਜੋਇਨਾਮਾ ਤੇ ਲੱਗਣ ਵਾਲੇ ਜੀਐਸਟੀ ਨੂੰ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਕਰ ਸਕਦੇ ਐ। ਇਸ ਬੈਠਕ ਦੇ ਵਿੱਚ ਕਮੇਟੀ ਨੇ ਬਾਕੀ ਸਿਹਤ ਬੀਮਾ ਜੋਇਨਾਮਾ ਤੇ ਵੀ ਲੱਗਣ ਵਾਲੇ ਜੀਐਸਟੀ ਵਿੱਚ ਘਟੌਤੀ ਕਰਨ ਦੀ ਸਲਾਹ ਦਿੱਤੀ ਹੈ। ਸਿਹਤ ਅਤੇ ਬੀਮਾ ਕੰਪਨੀਆਂ ਚੰਗੀਆਂ ਸਹੂਲਤਾ ਦੇਣ ਦੇ ਲਈ ਕਾਫੀ ਦੇਰ ਤੋਂ ਜੀਐਸਟੀ ਘਟਾਉਣ ਦੀ ਮਾਂਗਾ ਕਰੀਆਂ ਸਨ ਦੱਸ ਦੇ ਕਿ ਜੇਕਰ GST ਵਿੱਚ ਕਟੌਤੀ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਸੀਨੀਅਰ ਸਿਟੀਜ਼ਨਨਾਂ ਨੂੰ ਕਾਫੀ ਰਾਹਤ ਮਿਲਣ ਦੀ ਉਮੀਦ ਹੈ। ਅਗਲੀ ਖਬਰ ਸਿੱਖਿਆ ਵਿਭਾਗ ਦੇ ਵੱਡੇ ਅਨਗਹਿਲੀ 23001 ਕਾ ਵਿਦਿਆਰਥੀ ਦੋਹਰੀ ਅਤੇ 694 ਤਿਹਰੀ ਬਾਰ ਲੈ ਗਏ ਵਜੀਫਾ। ਤਾਂ ਦੋਸਤੋ ਪੰਜਾਬ ਸਕੂਲ ਸਿੱਖਿਆ ਵਿਭਾਗ ਮੌੜ ਸੁਰਖੀਆਂ ਦੇ ਵਿੱਚ ਆ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬ ਦੇ ਸਿੱਖਿਆ ਵਿਭਾਗ ਨੇ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਭੁਗਤਾਨ ਸਬੰਧੀ ਬੇਨਜਮੀਆਂ ਸਬੰਧੀ ਵੱਡਾ ਫੈਸਲਾ ਲੈਂਦਿਆਂ ਰਕਮ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਹਨ ਮਿਲੇ ਜਾਣਕਾਰੀ ਦੇ ਮੁਤਾਬਕ 23001 ਯੋਗ ਲਾਭਪਾਤਰਾਂ ਨੂੰ ਵਿਜੀਪੇ ਦੀ ਰਕਮ ਦਾ ਦੋਹਰਾ ਭੁਗਤਾਨ ਕਰ ਦਿੱਤੀ ਗਈ ਹੈ ਜਦਕਿ 694 ਵਿਦਿਆਰਥੀਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਦੇ ਪੈਸੇ ਤਿੰਨ ਵਾਰ ਦਿੱਤੇ ਗਏ ਹਨ ਡੀਜੀਐਸਈ ਨੇ ਹਦਾਇਤ ਕੀਤਾ ਹੈ ਕਿ ਇਹਨਾਂ ਵਿਦਿਆਰਥੀਆਂਾਂ 500 ਪੈਸੇ ਵਾਪਸ ਲੈ ਕੇ ਐਸ ਐਨ ਇਹ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਵੇ। ਅਗਲੀ ਖਬਰ ਐਂਡਰੋਇਡ ਆਪਪੋਗਤਾਂਵਾਂ ਨੂੰ ਝਟਕਾ ਹੁਣ ਇਨ੍ਹਾਂ ਫੋਨਾਂ ਤੇ ਕੰਮ ਨਹੀਂ ਕਰੇਗਾ WhatsApp ਤਾਂ ਦੋਸਤੋ WhatsApp ਇਨਸਟੈਂਟ ਮੈਸੇਜਿੰਗ ਦਾ ਪਲੇਟਫਾਰਮ ਵਿੱਚ ਸਭ ਤੋਂ ਮਸ਼ਹੂਰ ਐਪ ਹੈ ਤੇ ਅੱਜ ਦੇ ਸਮੇਂ ਵਿੱਚ ਦੇ ਭਾਰਤ ਤੋਂ ਦਫ਼ਤਰ ਘਰ ਤੇ ਸਕੂਲ ਦੇ ਕੰਮਾਂ ਦੇ ਲਈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਪਰ ਇਸ ਹਾਲ ਸਭ ਦੇ ਵਿਚਕਾਰ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਮੁਤਾਬਕ ਕੁਝ ਸਮਾਰਟ ਫੋਨ 24 ਅਕਤੂਬਰ ਤੋਂ ਬਾਅਦ WhatsApp ਨੂੰ ਸਪੋਰਟ ਨਹੀਂ ਕਰਨਗੇ ਜੇਕਰ ਤੁਹਾਡੇ ਕੋਲ ਵੀ ਅਜਿਹਾ ਹੀ ਮੋਬਾਈਲ ਫੋਨ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੀਡੀਆ ਰਿਪੋਰਟਰਾਂ ਦੇ ਮੁਤਾਬਕ 24 ਅਕਤੂਬਰ ਤੋਂ ਬਾਅਦ ਪੁਰਾਣੇ 24 ਅਕਤੂਬਰ ਤੋਂ ਬਾਅਦ WhatsApp ਪੁਰਾਣੇ Android ਅਤੇ iOS ਵਰਜਨ ਨੂੰ ਸਪੋਰਟ ਨਹੀਂ ਕਰੇਗਾ। ਇਸ ਲਈ ਅਸੀਂ ਤੁਹਾਡੇ ਲਈ ਉਹਨਾਂ ਪੁਰਾਣੇ ਫੋਨਾਂ ਦੀ ਸੂਚੀ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਆਪਣਾ ਪੁਰਾਣਾ ਫੋਨ ਬਦਲ ਕੇ 24 ਅਕਤੂਬਰ ਤੋਂ ਬਾਅਦ ਵੀ WhatsApp ਦੀ ਵਰਤੋਂ ਕਰ ਸਕਦੇ ਹੋ। ਇਹਨਾਂ ਫੋਨਾਂ ਨੂੰ ਨਹੀਂ ਕਰੇਗਾ WhatsApp ਸਪੋਰਟ ਅਰਪੋਰਟ ਦੇ ਮੁਤਾਬਕ Android ਉਹ ਐਸ ਦੇ ਵਰਜਣਾ 4.1 ਦੇ ਵਿੱਚ WhatsApp ਸਪੋਰਟ ਬੰਦ ਕਰ ਦਿੱਤੀ ਜਾਵੇਗੀ Samsung Galaxy Note 2 ਸਮੇਤ ਕੋਲਾ 16 ਪੂਣਾ ਐਸਰ ਸੁਚਿਰ ਵਿੱਚ ਹੈ ਸ਼ਾਮਣਾਂ ਤੇ ਜੇਕਰ ਤੁਸੀਂ ਵੀ ਆਪਣਾ ਪੁਰਾਣਾ ਪੂਣਾ ਅਪਡੇਟ ਨਹੀਂ ਕੀਤਾ ਤਾਂ ਤੁਸੀਂ WhatsApp ਦੀ ਵਰਤੋਂ ਨਹੀਂ ਕਰ ਸਕੋਗੇ ਪੀਐਮ ਕਿਸਾਨ ਯੋਜਨਾ ਦੇ 15ਵੇਂ ਕੈਸਟ ਤੋਂ ਪਹਿਲਾਂ ਘਟ ਸਕਦੇ ਲਾਭਪਾਤਰੀਆਂ ਦੀ ਗਿਣਤੀ ਇਹਨਾਂ ਲੋਕਾਂ ਨੂੰ ਨਹੀਂ ਮਿਲੇਗੀ ਰਕਮਾਂ ਤਾਂ ਦੋਸਤੋ ਪ੍ਰਧਾਨ ਮੰਤਰੀ ਕਿਸਾਨ ਜੋਇਨਾ ਤਹਿਤ ਹਰ ਸਾਲ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਪੈਸੇ ਦਿੱਤੇ ਜਾਂਦੇ ਹਨ ਤਾਂ ਇਸ ਸਕੀਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 14 ਕਿਸ਼ਤਾਂ ਲਾਹੇਪਾਤਰੀ ਕਿਸਾਨਾਂ ਦੀ ਸੂਚੀ ਵਿੱਚ ਭੇਜੀਆਂ ਜਾ ਚੁੱਕੀਆਂ ਹਨ ਪਰ ਇਹ ਕਿਸ਼ਤਾਂ ਜਾਰੀ ਹੋਣ ਤੋਂ ਪਹਿਲਾਂ ਹੀ ਕਈ ਲਾਹੇਪਾਤਰੀ ਕਿਸਾਨਾਂ ਨੂੰ ਵੱਖ-ਵੱਖ ਕਾਰਨਾ ਕਰਕੇ ਸਕੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ 14ਵੀਂ ਕਿਸ਼ਤਾਂ ਜਾਰੀ ਹੋਣ ਤੋਂ ਬਾਅਦ ਹੁਣ ਕਿਸਾਨ 15ਵੀਂ ਕੈਸਤਾ ਦੇ ਉਡੀਕ ਕਰ ਰਹੇ ਹਾਂ ਤੇ ਅਜਿਹੇ ਵਿੱਚ ਮੰਨਿਆ ਜਾ ਰਿਹਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਇਹਦਾ ਲਾਭ ਨਹੀਂ ਮਿਲੇਗਾ ਕੌਜਾ ਮੀਡੀਆ ਰਿਪੋਰਟਾਂ ਦੇ ਅਨੁਸਾਰ ਜ਼ਮੀਨੀ ਰਿਕਾਰਡ ਦੇ ਪੜਤਾਲ ਦੇ ਦੌਰਾਨ ਹਰ ਕੈਸਤ ਤੋਂ ਪਹਿਲਾਂ ਕਈ ਕਿਸਾਨ ਲਾਪਾਤਰੀ ਸੂਚੀ ਤੋਂ ਬਾਹਰੇ ਰਹਿ ਗਏ ਹਨ ਤੇ ਅਜਿਹੇ ਵਿੱਚ ਇਹ ਸਾਰੀ ਗਿਣਤੀ ਘਟ ਹੋ ਸਕਦੇ ਹ ਦੇ ਨਾਲ ਹੀ ਜਿਹੜੇ ਕਿਸਾਨ ਈ ਕੇਵਾਈਸੀ ਨਹੀਂ ਕਰਵਾਉਂਦੇ ਤੇ ਉਹਨਾਂ ਨੂੰ ਵੀ ਸੂਚੀ ਤੋਂ ਬਾਹਰ ਰੱਖਿਆ ਜਾ ਸਕਦਾ ਹੈ ਇਨਾ ਕਾਰਨਾ ਕਰਕੇ ਫਸ ਸਕਦਾ ਪੈਸਾ ਭਾਵੇਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਜੋ ਇਹਨਾਂ ਦੇ ਅਧੀਨ ਜੋਗਾ ਤੇ ਤੁਹਾਨੂੰ ਆਪਣਾ ਪੈਸਾ ਮਿਲਣਾ ਬੰਦ ਹੋ ਸਕਦਾ ਹੈ ਤੁਹਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਦੁਆਰਾ ਭਰੇ ਗਏ ਅਰਜੀ ਫਾਰਮ ਵਿੱਚ ਕੋਈ ਗਲਤੀ ਨਹੀਂ ਹੈ ਜੇ ਲੈਂਗਾ ਨਾਮ ਪਤਾ ਤੇ ਖਾਤਾ ਨੰਬਰ ਦੇ ਵਿੱਚ ਕੋਈ ਗਲਤੀ ਹੋ ਜਾਂਦੀ ਆ ਤਾਂ ਸਕੀਮ ਦੇ ਕੈਸਤਾ ਬੰਦ ਹੋ ਸਕਦੇ ਹੈ ਹਜੇ ਵੀ ਕਰਵਾ ਸਕਦੇ ਹੋ ਈ ਕੇ ਬੀ ਸੀ ਜੇ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਲਾਭਪਾਤਰ ਹੋ ਤੇ ਹਜੇ ਤੱਕ ਈ ਕੇ ਬੀ ਸੀ ਨਹੀਂ ਕੀਤਾ ਤਾਂ ਤੁਸੀਂ ਹਜੇ ਵੀ 15ਵੇਂ ਕੈਂਸਟ ਤੋਂ ਬਾਂਝ ਰਹਿ ਸਕਦੇ ਅਜਿਹਰੇ ਬੈਚ ਆ ਤੁਹਾਨੂੰ ਇਹ ਕੰਮ ਤੁਰੰਤ ਕਰਨਾ ਚਾਹੀਦਾ ਹੈ ਇਹਦੇ ਲਈ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਵੈਬਸਾਈਟ ਤੇ ਜਾਣਾ ਹੋਵੇਗਾ ਜਾਂ ਤੁਸੀਂ ਸੀ ਐਸ ਸੀ ਸੈਂਟਰ ਤੇ ਜਾ ਕੇ ਵੀ ਇਸ ਨੂੰ ਕਰਵਾ ਸਕਦੇ ਤੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਤੁਸੀਂ ਸਕੀਮ ਦੀ ਅਗਲੀ ਕੈਸ਼ ਦਾਤ ਤੋਂ ਬਾਅਦ ਜੇ ਰਹਿ ਸਕਦੇ ਹਾਂ ਸਕੀਮ ਵਿੱਚ ਕਿੰਨੀ ਰਕਮ ਹੈ ਉਪਲਬਧ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਹਰ ਸਾਲ ਕਿਸਾਨਾਂ ਨੂੰ 6000 ਰੁਪਏ ਜਾਰੀ ਕੀਤੇ ਜਾਂਦੇ ਹਨ ਇਹ ਕਿਸਾਨਾਂ ਨੂੰ ਖੇਤੀਆ ਤੇ ਹੋਰ ਲੋੜਾਂ ਦੇ ਲਈ ਤਿੰਨ ਕੈਸ਼ ਦਾਤਾਂ ਵਿੱਚ ਜਾਰੀ ਕੀਤਾ ਜਾਂਦਾ ਹਰ ਕੈਸ਼ ਦਾਤ 4 ਮਹੀਨਿਆਂ ਦੇ ਅੰਤਰਾਲ ਤੇ ਜਾਰੀ ਕੀਤੀ ਜਾਂਦੀ ਹੈ